يا من يعلم ما في الضمير يا منفس عن المكروبين يا مفرج عن المظلومين يا راحم الشيخ الكبير يا رازق الطفل الصغير يا من لا يحتاج الى التفسير اللہ عظمت شبیر دواستے سری قلیل عزاداری منظور تے مقبول فرما اللہ پیر ذاکر حسین صاحب دی مغفرت فرما اللہ جمیع حاضرین دا ٹر آیا منظور فرما اللہ میری قوم کو آپس اتفاق اتحاد عنایت فرما ولی الامر دا جل ظہور فرما رب صلی علی محمد و آل محمد اللہ من الشیطان اللعین الرجیم بسم اللہ الرحمن الرحیم الحمدللہ من دلع لسان سباہ بنطق تبلجہ وسرہا کہ تعلی للمظلم بغجاہ بتلجلجہ واتقن سنع الفلق الدوار بمقادیر تبرجہ شمت بنور تعجج ہی سلوات والصلاة والسلام علی النبی الامی المکی المدنی البدہی اللبتہی التہامی السید البہی وسراج المزی الکوکب دری صاحب الوقار والسکینہ المدفون بالارض مدینہ العبد المؤید ورسول المصدد المصطفی المجد والمحمود احمد حبیب الہ العالمین والصلاة والسلام علی السید المطہر والامام المظفر والشجاع الغضنفر اب شبید و شبر قاتل المرحب والانتر قاسم توبا و تکر مولانا و مولا ثقلین اللذی ردت له شمس مردتین و مسلی الى القبلتین اللذی قال رسول اللہ فی شانه ضربت علی یوم الخندق افضل من عبادت ثقلین ایک سلوات باواز بلند پڑھو چاہے میں تو پہلے ایک محترم خان وادی کی ہستی سرکار علامہ حافظ محمد حسنین صاحب اللہ انہیں دے والد درجات بلند فرماوے بڑے خدمات انو سید دے انہا اپنے رنگ اچھے تقریر فرمائیے میں وقت انہیں دا دعا گو تھیوں نوکر تھیوں انہا ایک اشائے فرمائیے کہ بی بی عائشہ دیئے کہ میرا بابا آدھا کہ لا یجوز احد نسراتا کہ حدیث پیغمبر دیئے راوی سچی دید سچا بابا ہے بچے ہوئے کوئی جملے تو انہیں سلامنا چاہنا حدیث پیغمبر دیئے راوی سچی دید سچا بابا ہے ایک نے تو سا کو کیا من معاملہ چاندی بیا گھبراتا نہیں بھی گئے نا انہوں نے فرمایا کہ میں پیغمبر تو سنے آ صحیح فرمایا لا یجوز احد نسراتا کہ کوئی پر سرات عبور نہیں کر سکدا کوئی نہیں کر سکدا کوئی نہیں کر سکدا تے وقت کوئی نہیں کر سکدا تے گاگریا دے جڑا علی دے سچے فضائل تے مجلس سے چپ کر بے او نہیں کر سکدا کوئی پر سرات عبور نہیں کر سکدا کوئی نہیں کر سکدا کوئی نہیں کر سکدا
ਪਰ ਮਿੰਦਨ ਹਾਂ ਉਹ ਕਰ ਕਰਦੇ ਜਿਹਦੇ ਹੱਥ ਦੇ ਵਿੱਚ ਹੈ ਤਾਰੇ ਕਰਾ ਦਸੀ ਕਰ ਲੇਕਿਨ ਲੋਕ ਆਵਤ ਸੁਣੇ ਮੈਂ ਨਾ ਹਾਂ ਕਿ ਉਹ ਬਹਿਸ਼ਤ ਵਿੱਚ ਵੇਸੀ ਜੇ ਕੋ ਅਲੀ ਮੌਲਾ ਸੀ ਕਰ ਲੇ ਹੁਣ ਫੈਸਲਾ ਸ਼ੀਆ ਸੁਣੇ ਭਿਰਾ ਹਜ਼ਰਤ ਅਬੂ ਬਕਰ ਦਾ ਕਿ ਬਹਿਸ਼ਤ ਤੇ ਤੂੰ ਮੰਨੇ ਜੇ ਕੋ ਅਲੀ ਮੌਲਾ ਸੀ ਕਰ ਲੇ ਸੀ ਮੈਂ ਮਿਸਾਲ ਦਿੰਦਾ ਰਹਾ ਨਾ ਅੱਲਾ ਨੇ ਦੀ ਹਿਰਾਤ ਇਜ਼ਰਾਸ ਕਰੇ ਇਹ ਮੇਰੇ ਬੁਢੇਪੇ ਦੀ ਜ਼ਾਕਰੀ ਦਾ ਸਹਾਰਾ ਹੈ ਮਤਲਬ ਮੁਖਤਾਰ ਹੋਵੇ ਜਾਫਰ ਹੋਵੇ ਜ਼ਰੀ ਹਿਆਤ ਕਰੇ ਮੈਂ ਇੱਕ ਉਮੀਦ ਰੱਖਿਆ ਨਾ ਸਰਗੋ ਜੀ ਇਹ ਮਲਕ ਮੁਖਤਾਰ ਮੇ ਕੋ 10,000 ਰੁਪਿਆ ਬਤੌਰੇ ਕਰ ਦੇ ਮੈਂ ਤੇ ਕੋ ਵਾਪਸ ਕਰ ਦੇਤਾ ਇਕਬਾਲ ਸਾਹਿਬ ਮਲੇ ਕਹਾ ਕਿ ਭਾਜਵਨ ਘਾਗਰੀ ਕੋਈ ਮੇਰੇ ਕੋ 10,000 ਰੁਪਏ ਨਹੀਂ ਵਾਤੇ ਅਲੀਪੁਰ ਮੈਂ ਤੂੰ ਪੈਸਾ ਮੰਗੇ ਮੈਂ ਦੇਤਾ ਬਈ ਮੈਂ ਤੇ ਮਿਸਾਲ ਦਿੰਦਾ ਰਹਾ ਨਾ ਮੈਂ 28 ਚ ਫਾਦਰ ਕਰਤੇ ਤੇ ਨਾ ਜ਼ਾਕਰੀ ਸ਼ੁਰੂ ਕੀਤੀ ਨਾ ਮੇਰੀ ਜ਼ਾਕਰੀ ਦੀ ਇਬਤਦਾ ਹੈ ਮਲੇ ਕਹਾ ਇਹਨੂੰ ਦੌਰ ਸ਼ੁਰੂ ਥੀ ਗਿਆ ਜਨਰਲ ਜ਼ਿਆ ਰਜ਼ੀ ਅੱਲਾਹ ਤਾਲਾ ਅਨ ਹੋ ਜਾ ਇਹ ਤਾਂ ਕੋ ਗਰਮੀ ਢੇਰ ਲੱਗੀ ਬੈਠੇ ਸਾਰੇ ਕੋ ਇਹਦਾ ਦੌਰ ਸ਼ੁਰੂ ਥੀ ਗਿਆ ਇਹ ਜੀਆ ਸੁਣਾਏ ਜੀ ਇਹ ਇਹਨਾਂ ਦੇ ਇਬਤਦਾਈ ਦੌਰ ਵਿੱਚ ਜਿਹਨਾਂ ਦੀ ਯਾਦਾਸ਼ਤ ਚੰਗੀ ਹੈ ਨਾ ਇਹ ਚੀਨੀ ਤੇ ਖੰਡ ਤੇ ਪਾਬੰਦੀ ਲੱਗ ਗਈ ਚੀਨੀ ਤੇ ਮਿਲਦੀ ਹੈ ਡਿੱਪੂਆਂ ਤੇ ਚੀਨੀ ਤੇ ਮੇਰੇ ਕੋਲ ਹਰ ਸਾਲ ਤਸ਼ਰੀਫ ਫਿਰ ਵੇਂਦੇ ਅਗਲੇ ਸਾਲ ਤਾਂ ਨਹੀਂ ਗਿਆ ਇਹ ਸਾਲ ਇਨਸ਼ਾਅੱਲਾ ਜ਼ਰੂਰ ਵੇਸੇ ਸੁਣਦੇ ਬੈਠੇ ਜਾ ਕੋਈ ਨਾ ਹੁਣ ਤਾਂ ਖੈਰ ਸੜਕ ਬਣ ਗਈ ਹੈ ਤੇ ਕੋਈ ਤੇ ਕੋਈ ਸੜਕ ਸੜਕ ਤੈਨ ਹੁੰਦੀ ਹੈ ਤੇ ਉਹ ਮੇਰੀ ਜ਼ਾਕਰ ਦੀ ਇਬਤਦਾ ਆਈ ਮੈਂ ਅਲੀਪੁਰ ਆ ਤੇ ਇਹ ਕਿਰਾਏ ਤੇ ਮਕਾਨ ਕੀਤਾ ਹੁਣ ਤਾਂ ਹੁਸੈਨ ਦੀ ਜੁੱਤੀ ਦੀ ਸਦਕੇ ਅੱਲਾ ਉਹ ਆਪਣਾ ਮਕਾਨ ਦਿੱਤੇ ਮੈਂ ਤਾਂ ਹੀ ਬਾਅਦ ਆ ਕੇ ਮੇਰੇ ਤੇ ਕਮਲੀਂਦੇ ਹਨ ਅਸਾਂ ਜ਼ਾਕਰੇ ਕਿਵੇਂ ਜੋ ਕੁਝ ਹੈ ਹੁਸੈਨ ਦੀ ਜੁੱਤੀ ਦੇ ਸਦਕੇ ਅੱਲਾ ਕਿਰਾਏ ਮਕਾਨ ਕੀਤਾ ਤੇ ਡਿਪੂ ਹੋਲਡਰ ਕੋਲ ਮੈਂ ਜੰਮੇ ਕੋ 5 ਸੇਰ ਚੀਨੀ ਚਾਹੀਦੀ ਹੈ ਮੈਂ ਕਿਹਾ ਯਾਰ 5 ਸੇਰ ਚੀਨੀ ਤਾਂ ਦੇ ਉਹ ਨਾ ਪੜ੍ਹਨੇ ਸ਼ੁਰੂ ਕੀਤੇ ਰਜਿਸਟਰ ਤੇ ਅਬਦੁਲ ਸਤਾਰ ਅਬਦੁਲ ਜਬਾਰ ਅਬਦੁਲ ਰਹੀਮ ਬੁੱਠੂ ਤੇ ਅਪਰ ਪੰਜਾਬ ਵਿੱਚ ਨਾ ਕਹੀ ਤੇ ਮੈਂ ਦੱਸੀ ਮੰਨਿਆ ਕਮਲੇ ਰਮਲੇ ਹਰ ਚਾਹ ਤੇ ਹੁੰਦੇ ਮੈਂ ਤਾਂ ਸਮਝੋ ਅਸਾਂ ਅਪਰ ਪੰਜਾਬ ਵਾਲੇ ਸਾਰੇ ਸਿਆਣੋ ਤੇ ਲੰਮੇ ਵਾਲੇ ਸਾਰੇ ਕਮਲੇ ਕਮਲੇ ਰਮਲੇ ਹਰ ਚਾਹ ਤੇ ਹੁੰਦੇ ਨਗਲੇ ਦੀ ਮੈਂ ਦਸਕੇ ਚਾਹ ਪਿਆ ਪੀਵਾਂ ਤੇ ਇੱਕ ਜਵਾਨ ਆ ਕੇ ਦਸਕੇ ਦਾ ਹੋਟਲ ਵਾਲੇ ਪਾਸ ਦਾ ਜਲਦੀ ਕਰ ਆਧ ਕਿਲੋ ਸੋਨ ਹਲਵੇ ਦਾ ਤੋੜ ਵੀ ਨਗਰ ਸਾ ਆਧ ਕਿਲੋ ਸੋਨ ਹਲਵੇ ਦਾ ਖਾ ਤੇ ਅਦੇ ਯਾਰ ਮੇਰੀ ਚਾਹ ਹੈ ਚੀਨੀ ਨਾ ਪਾਵੀ ਜੋ ਮੈਂ ਸ਼ੂਗਰ ਦਾ ਮਰੀ ਤੇਰਾ ਨਾਂ ਦਰਜ ਕਰਨੀ ਮੈਂ ਚੀਨੀ ਨੀ ਲੈਂਦਾ ਮੈਂ ਕਿਹਾ ਯਾਰ ਇਹ ਕਿਲੋ ਤਾਂ ਦੇ ਆ ਕਮਲਾ ਤੇਰਾ ਨਾਂ ਹੀ ਤੇਰਾ ਦਰਜ ਕਰਨੀ ਤਾਂ ਮੇਰੇ ਬਾਰੇ ਕਦੀ ਨਾਰੇ ਨੀ ਮਾਰੇ ਕਮਲ ਮੈਂ ਤੈਨੂੰ ਪਸੰਦ ਕਰ ਨੀ ਤਵੱਜੋ ਕਰਾ ਜਾ ਦੱਸਣ ਇਹ ਜਿਹਨੇ ਤੇਰਾ ਨਾਂ ਹੀ ਦਰਜ ਕਰੇ ਨੀ ਮੈਂ ਤੈਨੂੰ ਕਿਵੇਂ ਦੇਵਾਂ ਖੈਰ ਮੈਂ ਚੱਲ ਆ ਗਿਆ ਆ ਗਿਆ 13ਵਾਂ ਮਹੀਨਾ ਇਹ 13ਵਾਂ ਮਹੀਨਾ ਤੁਹਾਡੇ ਇਲਾਕੇ ਚ ਕੈਸੀ ਹੁੰਦਾ ਸਾਡੇ ਇਲਾਕੇ ਜਿਹੜਾ ਲੋਕ ਦੇ ਦਾਣੇ ਮੁੱਕਦੇ ਉਹ ਗਰੀਬ ਦੇ ਦਾਣੇ ਮੁੱਕੇ ਉਹ ਕੋ ਚਪੜਾ ਸੀ ਆ ਕੇ ਵੀ ਘਰ ਦੇ ਮਕਾਨ ਤੇ ਬਣ ਤੇ ਕੋ ਦਾਣੇ ਵਸਤੇ ਚ ਮਕਾ ਦਿੱਤੀ ਉਹ ਆ ਤੇ ਦਸਤਕ ਦਿੱਤੀ ਤੁਸਾਂ ਤੇ ਇਨਸ਼ਾਅੱਲਾ ਸਾਰੇ ਮਹਿਮਾਨ ਨਵਾਜ਼ੋ ਸਾਡੇ ਲੰਮੇ ਤੇ ਮਹਿਮਾਨ ਕੋ ਟਾਲ ਔਰ ਦੇ ਕਈ ਤਰੀਕੇ ਇੱਕ ਇਹੋ ਤਰੀਕਾ ਜਿਹੜਾ ਮੈਂ ਪੇ ਸੁਣਵੇਦਾ ਮੈਂ ਜਨ ਦਰਬੀ ਸਾਹਿਬ ਉਹ ਆਇਆ ਖੜੇ ਤੇ ਕਿਸੇ ਮੰਗਾ ਨਾ ਖੜੇ ਮੇਰੇ ਇੱਕ ਨੌਕਰ ਹੁੰਦਾ ਸ਼ਬਾਨੀਆਂ ਨਹੀਂ ਮੈਂ ਕਿਹਾ ਗੁਵਾਨਾ ਘਾਗਰੀ ਥਕਾਇ ਨਹੀਂ ਉਹ ਜੋ ਕਿ ਆਖੇ ਜਨਾਬ ਘਾਗਰੀ ਆ ਤੇ ਮੈਂ ਥਕਾਇ ਨਹੀਂ ਤੇ ਕੁਛ ਸਮਝਾ ਨਹੀਂ ਪਈ ਜਿਵੇਂ ਤਾ ਤਵਜੋ ਕਰੀ ਮੈਂ ਕੁਝ ਲੈ ਜਾ ਬੇਸੀ ਇਹ ਬੁੜੇ ਤਾਂ ਤਵਜੋ ਕੀਤੀ ਕਰੋ ਮੇਰੇ ਸਾਹਿਬ ਖੈਰ ਤਵਨ ਕਰਮ ਖਤਮ ਮੈਂ ਬਾਹਰ ਆ ਮੈਂ ਜਨਾਬ ਤੂੰ ਤਸ਼ਰੀਫ ਲੈ ਆਇਓ ਇੱਕ ਜਦੇ ਘਾਗਰੀ ਨੂੰ ਮਣ ਕਣੇ ਚਲਾ ਦੇ ਮੈਂ ਕਿ ਜਾਓ ਜਾਓ ਅਗਰ ਤੇਰੇ ਚੀਨੀ ਦੇ ਰਜਿਸਟਰ ਵਿੱਚ ਮੇਰਾ ਨਾਮ ਦਰਜ ਕੋਈ ਨਹੀਂ ਤੇਨੇ ਕਣਕ ਦੇ ਬੋਰੇ 'ਚ ਤੇਰਾ ਕੋਈ ਹਿੱਸਾ ਨਹੀਂ ਉਹ ਫੈਸਲਾ ਅਬੂ ਬਕਰ ਸਾਈਂ ਦਾ ਕਿ ਪਹਿਲ ਦੀ ਟਿਕਟ ਦੇਉਣੀ ਹੈ ਮੇਰੇ ਪੀਰ ਅਲੀ ਇੱਕ ਸ਼ਸ ਕਾ ਮਾਤਾ ਨੇ ਦੀ ਟਿਕਟ ਮੰਗੜ ਵੰਜੇ ਹਜ਼ਰਤ ਕੋ ਬਜਾ ਦੋ ਤੇ ਆਪ ਸਦਨ ਜਾਓ ਜਾਓ ਅਗਰ ਦੁਨੀਆ 'ਚ ਤੇਰੇ ਕਲਮੇ 'ਚ ਤੇਰੀ ਅਜ਼ਾਨ 'ਚ ਤੇਰੇ ਸਲਾਮ 'ਚ ਮੇਰਾ ਨਾਮ ਕਹਿੰਦੀ ਤਾਂ ਪਹਿਲ ਦੀ ਟਿਕਟ ਦੀ ਤੇਰਾ ਕੋਈ ਨਹੀਂ
محمد جہاں دا مولا اے تسلیم تو نجف دا شاکا آدھر دے نال دعوت کر کے نا سارے عمل تباہ کر حال من بزرگ زاکر دی رحمت اللہ مخلوق نو نا گمراہ کر اچھا ہم مقصد اے سولہ چار دن میں طرف دکھائے گگ پا مت کر دیو ادھا اے خیر ہو رہے اے گرمی داری ہے باگ پتھوڑا ہے بلا داکرے کو جلدی ہے آج جلدی ہے تو داکر جلدی پڑھے نا داکرے کو جلدی وجہ ہو جائے تو پڑھ دے لمبے اچھا اے ٹکر دا کیا مانا ہے خان صاحب کوئی ٹکر دا یہ مانا ہے کہ حضرت علی کاغذ کی دی بیٹھو سن ایک بار شاہ دے مہر چاہی بیٹھو سن مہر مارتے سن آمر ایک مختار سینہ بانج بہتے آ خاتم گھاگریہ بانج بہتے آج بار سن شاہ سچے سیکٹری ہاں نہ ہوندہ ہمیں تو بہت جوان آ ملنگا بڑا ربایا پردہ میں بچھا تو بن بہشت وچ میرے کو قسم ذات توحید دیے مقصد نہیں مقصد اے کہ جن دے دل دے وچ علی دی ولائے او سمجھے میرے کول بہت دا ٹھکانہ جن دے کول علی مولا دی ولائے نا وہ سمجھے میرے کو بہت دی ٹکٹ کیا تیرے کو ٹکٹ ہے بہت دی بلا یعنی ہاں سہی تو سانے علاقے دے لوگ بیٹھے ٹکٹ گھنن دے بعد کچھ بیائی کم کرنا پندے کہنا مطلب یہ مثال دے ایک آدمی میں دسر کو دے سٹیشن تے وہ میرے چاہ دے کراچی ٹکٹ گھن دے کراچی تے آ دے ٹکٹ کا میرے کو ہے پئی تے جیڑی ٹرین تے باسا سن دے بیٹھے او میں کراچی پہنچ ویسا میرے کو لگا سے دسو او ٹرین نہ دیکھے تے اون ٹرین تے چار بھائی جڑی لاہور ویندی ہے لگا سے دسو آئے بچہ بھائی ویسی دلا تو مجھے فرمائے میرے بزرگ گزراؤ کیا او ٹرین تے دکھے تے بغیر جڑی ٹرین تے باہر رہے او کراچی پہنچ ویسی ذات توحید دی قسم تیرے کول ولایت علی بہتی ٹکٹ ہے لیکن شیعہ ذرا سوچ ਇਹ ਦੁਨੀਆ ਦੇ ਪਲੇਟ ਫਾਰਮ ਤੇ ਦੋ ਟ੍ਰੇਨਾਂ ਪੈ ਚੱਲਦੇ ਇੱਕ ਵੇਂਦੀ ਹੈ ਜਹੰਨਮ ਵਿੱਚ ਬਈ ਵੇਂਦੀ ਹੈ ਬਹਿਸ਼ਤ ਵਿੱਚ ਉਹ ਜਿਹੜੀ ਟ੍ਰੇਨ ਵੇਂਦੀ ਹੈ ਜਹੰਨਮ ਵਿੱਚ ਉਹਦੇ ਤਲਾਵਰ ਅਲੈ ਸ਼ਦੀਦ ਇਬਨ ਮਾਵਿਆ ਸਾਡਾ ਆਗਤ ਹੈ ਤਾਂ ਜ਼ਰਾ ਬੋਲ ਸਕਦੀ ਗਰਮੀ ਕੋਈ ਨਹੀਂ ਤੇ ਜਿਹੜੀ ਟ੍ਰੇਨ ਵੇਂਦੀ ਹੈ ਬਹਿਸ਼ਤ ਵਿੱਚ ਉਹਦਾ ਮਾਲਕ ਹੈ ਮੇਰਾ ਪੀਰ ਹੁਸੈਨ ਇਬਨ ਅਲੀ ਟਿਕਰ ਤਾਂ ਤੇਰੇ ਕੋਲ ਹੈ ٹرین دیکھتے چلنا پوتی بھلا ملک مختار الحیاتی کری اے مبہم مسئلہ ہی کائے نہیں جنی ٹرین کو چلے دے نا جدید ابن معاویہ یہ جا سونا نا ہے پیو پتر ہے ہم دے بیسے ہو نا اون ٹرین کا لکھیا ہوئے اتا بے حیاء بائے سکدے اتا بے غیرت بائے سکدے اتا بے نماز بائے سکدے اتا شراب سون دے بیسے جا کوئی نا اتا شرابی بائے سکدے تے جڑی ٹرین دا مالک ہے نا میرا پیر حسین ہن دے تے لکھیا ہو اتا حیا والا بہ سکدے جو حسین ا دے میں غیرت مندا تے حیا والے دا امام اتا نمازی بہ گھبرا گئے نمازی دا میں کیوں نہ ذکر کیتا بنے مجلس نماز دا ہاں جنگ صفین وچ پیر علی لڑدا ہی ودا ابن عباس تو پوچھا سے ابن عباس کیا نماز دا وقت ہو گئے وہ آجے سونا تے کو ہونی نماز یاد ہے فرمائیں نے تے ملل دا کس واسطے بتا چودہ جون کو ذاکر مطلوب حسین علوی دے کول مجلس ادا ہوسی چودہ جون کو بکھر بار پورے پاکستان دے نام ور ذاکر پڑھ سکی انشاءاللہ نماز اے دسواں اسا شبیہ دا احترام کریں تو کہنا علم کیا ہے سرکار عباس دے علم دی شبیہ ہے ایویں نا پنگھوڑا شاہدہ دے رہے اسرہ دے پنگھوڑے دی شبیہ ہے نا سی زلجنا برامت تھی سی شام پہ انشاءاللہ اے حسین دے اسب وفادار دی شبیہ ہے نا جی میں علم سرکار عباس دی علم دی شبیہ ہے جی میں پنگھوڑا علی اسرہ دے پنگھوڑے دی شبیہ ہے میں پہلے اسرہ دے ماں دے وینا دی قسم ایویں نماز حسین دی نماز دی شبیہ ہے ایویں آذان علی اکبر دی آذان دی شبیہ ہے ویلا میری قوم کو آپس میں اتفاق سے اتحاد لے وے ایندا کے دا بہت پیارا بندے کہ شاہ فرمایا علی اکبر بچڑا
ਜ਼ਰਾਉਰਿਆ ਪੁੱਤਰ ਜਵਾਨ ਰਾਤ ਨਾਵੀਂ ਦੀ ਥਲ ਪਈ ਅਕਬਰ ਉੱਠੀ ਦੇ ਬਚੜਾ ਆਦਾ ਖੁਦਾ ਤੁਹਾਡੀ ਇਬਾਦਤ ਮਨਜ਼ੂਰ ਫਰਮਾਵੇ ਅੱਲਾ ਪੀਰ ਜ਼ਾਕਿਰ ਹੁਸੈਨ ਸ਼ਾਹ ਦੀ ਮਫਰਤ ਫਰਮਾਵੇ ਹੁਣ ਮੈਂ ਤਰਫ ਦੇਖੋ ਮੈਂ ਇੱਕ ਜੁਮਲਾ ਮਸਾਇਬ ਦਾ ਪੜਦਾ ਗਰਮੀ ਲਾ ਜੀਏ ਮਲੇ ਕਮਾਉਣਾ ਸਟੇਜ ਦੇ ਨਾਲ ਪੰਤਾਲੀ ਮੀਲ ਛੀ ਘੰਟੇ ਚ ਤੈ ਕਰੇ ਇਹ ਗਰਮੀ ਦੀ ਮੌਸਮ ਹੈ ਪੰਤਾਲੀ ਮੀਲ ਸਮਝਦਾ ਤੋ ਜ਼ਬਰਦਸਤ ਪੰਤਾਲੀ ਮੀਲ ਛੀ ਘੰਟੇ ਚ ਤੈ ਕਰੇ ਨੇ ਅੱਜ 18 ਦੇ ਚ ਨਾ ਮੌਸਮੀ ਲਿਹਾਜ਼ ਨਾਲ ਅਹਦਨ ਬਾਜ਼ ਉਲਮਾ ਬਤੂਰ ਦੀ ਧੀ ਲੁੱਟੀ ਅਠਾਰਾਂ ਤੇ ਕੱਲ ਉਨਵੀ ਇਹ ਸਮਝੋ ਮੈਂ ਉਨਵੀ ਜੇਠ ਦਾ ਇੱਕ ਵਾਕਿਆ ਸੁਣਾਉਣਾ ਚਾਹਾਂ ਉਨਵੀ ਜੇਠ ਤੋਂ ਗਰਮੀ ਦੇ ਮੌਸਮ ਵਿੱਚ ਪੰਤਾਲੀ ਮੀਲ ਛੀ ਘੰਟੇ ਤੇ ਤੈਅ ਕਰਾਏ ਨੇ ਚੁੱਪ ਕਰਤੇ ਇਬਨੇ ਜ਼ਿਆਦ ਦੇ ਦਰਬਾਰ ਜਾ ਖੜੀ ਕਾਨਤ ਫੀ ਅਰਜ਼ਲ ਥਿਆਬਹਾ ਬਹੁ ਮੇਲਾ ਲਿਬਾਸ ਆ ਅਲੀ ਦੀ ਧੀ ਦਾ ਬਹੁ ਪੁਰਾਣਾ ਲਿਬਾਸ ਆ ਅਲੀ ਦੀ ਧੀ ਦਾ ਇਹ ਵਾਸਤੇ ਮਰਹੂਮ ਆਗਾ ਹੁਸੈਨ ਬਖਰ ਵਾਲੇ ਮਲਿਕ ਮੁਖਤਾਰ ਹਰ ਮਜਲੇ ਸੇ ਜਦਾ ਮਸਾਇਬ ਸ਼ੁਰੂ ਕਰੇ ਨਾ ਮਸਤੂਰਾਤ ਦੀ ਤਰਫ ਦੇਖਦੇ ਆ ਕੇ ਨਾ ਮੇਰਾ ਮਾਮਾ ਭੇਣਾ ਜਿਹੜਾ ਮਜਲੇ ਸੇ ਚਾਹਿਆ ਕਰੋ ਰੇਸ਼ਮੀ ਲਿਬਾਸ ਪਾ ਤੇ ਨਾ ਆਇਆ ਜਿਹੜਾ ਮਜਲੇ ਸੇ ਚਾਹਿਆ ਕਰੋ ਫਰਕੀਲੇ ਲਿਬਾਸ ਪਾ ਤੇ ਨਾ ਆਇਆ ਕਿਉਂਕਿ ਜਿਸ ਵਕਤ ਦੀ ਸ਼ਰਾਬੀ ਦੇ ਦਰਬਾਰ ਚ ਅਲੀ ਦੀ ਧੀ ਗਈ ਉਹ ਮੇਲਾ ਲਿਬਾਸ ਆ ਖੜੀਏ ਤਬਾਲ ਤਬਲ ਪੇ ਵਜੇ ਨੇ ਨਕਾਲ ਨਕਲਾਂ ਪੇ ਕਰੇ ਦੇ ਮਸਰੂਬਾਤ ਦੇ ਦੌਰ ਜਾਰੀ ਹੈ ਇਬਨ ਰਿਆਦ ਲਿਖੇ ਮੇਰੀ ਬਾਸਾ ਇਹਦਾ ਪੁੱਤਰ ਜਮਾਨ ਤਾਹਿਰ ਉਹ ਰੋਂਦਾ ਖੜੇ ਇਬਨ ਰਿਆਦ ਅਜ ਤਾਹਿਰ ਸਾਡੀ ਖੁਸ਼ੀ ਦਾ ਨਹੀਂ ਤੁਰੋਵੇ ਮੂੰਹ ਤੇ ਪਿਲ ਤੇ ਆ ਦੇ ਅੱਲਾ ਤੇਰੀ ਖੁਸ਼ੀ ਨੂੰ ਬਰਬਾਦ ਕਰੇ ਪਰ ਜ਼ਾਲਿਮ ਅੱਲਾ ਕਰੇ ਸ਼ਾਹੀ ਨਾ ਰਹੀ ਮੈਂ ਮਜਬੂਰ ਥੀ ਤੇ ਰੁਲਣਾ ਜਾਨੇ ਕਈ ਮਜਬੂਰੀ ਹੈ ਦੇਖਦਾ ਤਾ ਜ਼ਾਲਿਮ ਜਿਵੇਂ ਇਹ ਮਜ਼ਲੂਮ ਦਾ ਸਰ ਤੇਰੇ ਤਖਤ ਦੀ ਤਲਵੀ ਪੌੜੀ ਤੇ ਰੱਖਿਆ ਗਿਆ ਨਾ ਤੇ ਇਹ ਮਜ਼ਲੂਮ ਦਾ ਅੱਖੀ ਖੁੱਲਣ ਦੇਹਦਾ ਜਿਵੇਂ ਇਹ ਮਜ਼ਲੂਮ ਦੀ ਦੀਦ ਫੇਰ ਦੇ ਖੁੱਲੇ ਹੋਏ ਅਜਰਫੁਮ ਅੱਲਾ ਜਵਾਨੀ ਮਾਣੇ ਵੱਧ ਸੁਣ ਤਬਾਲ ਤਬਲ ਪੇ ਵਜੇ ਨੇ ਨਕਾਲ ਨਕਲਾਂ ਪੇ ਕਰੇ ਦੇ ਜਿਹੜੇ ਸੈਦ ਬੇਚੋ ਮਾਫ਼ ਕਰਾਏ ਆ ਗਏ ਬੇਗੈਰਤ ਸਿਪਾਹੀ ਇਹਨਾਂ ਡਾਂਹੀ ਦੇ ਨੀ ਕਾਰਨਾਮੇ ਕੀਤੇ ਹਨ ਪਹਿਲੇ ਸਿਪਾਹੀ ਆਏ ਨੂੰ ਆਦੇ ਨਾ ਸਾ ਹੁਸੈਨ ਦੀ ਲਾਸ਼ ਤੇ ਘੋੜੇ ਭਜਾਏ ਹਨ ਆਦੇ ਗਿੰਦੋ ਹੀ ਨਾ ਕਈ ਆਖਿਆ ਸਾ ਤਕਬੀਰਾ ਬੁਲੰਦ ਕੀਤੇ ਹਨ ਆਦੇ ਗਿੰਦੋ ਹੀ ਨਾ ਇੱਕ ਗਿਰੋ ਆਏ ਸਿਪਾਹੀ ਦਾ ਉਹ ਆਦੇ ਨੇ ਮੇਰੇ ਦਿਆ ਜਲਦੀ ਕਰੀ ਨਾਮ ਦੇ ਤੇ ਕੋ ਸਾ ਛੜੀ ਬੰਨ ਦਿੱਤੀ ਹੈ ਪੜ੍ਹੇ ਲਿਖੇ ਲੋਕ ਬੈਠਣ ਮੇਰੇ ਸਾਹਮਣੇ ਫਕਤ ਬੰਨ ਦਿੱਤੀ ਹਨ ਮੈਨੂੰ ਕਸਮ ਹੈ ਮਜ਼ਲੂਮ ਦੀ ਗੁਰਬਤ ਦੀ ਜਿਹੜਾ ਕੁੱਤੇ ਦੇ ਪੁੱਤ ਦੇ ਹੱਥ 'ਚ ਖੀਰ ਜ਼ਾਨ ਦੀ ਛੜੀ ਆਈ ਹੈ ਪੁੱਛੋ ਲਮਾ ਤੂੰ ਫਜ਼ਾਰਾ ਬਾ ਅਲਾ ਸਨਾਇਆ ਹੋ ਇਹਨੇ ਤਰਾਏ ਦਫਾ ਹੁਸੈਨ ਦੇ ਲਬਹਾਏ ਮੁਬਾਰਕ ਤੇ ਛੜੀ ਮਾਰੀ ਹੈ ਜਿਹੜੇ ਚੌਥੀ ਦਫਾ ਹੈ ਛੜੀ ਮਾਰਨ ਲੱਗੇ ਨਾ ਛੜੀ ਮਾਰਨ ਲੱਗੇ ਚੌਥੀ ਦਫਾ ਭਜਵਾਨੀ ਮਾਣੇ ਜੀਵੇ ਜੋ ਯਾਰਵੇਂ ਨੰਬਰ ਤੇ ਖੜੀ ਹੈ ਯਾਰੀ ਅਸਰਾਰ ਦੀ ਬਾ ਦੀਦੀ ਅੱਜ ਫਿਜ਼ਾ ਪਰੇ ਹੱਥ ਮੰਗ ਮੇਰੇ ਸਰਦਾਰ ਦੇ ਸਰ ਦੀ ਤੋਹੀਨ ਹੋਦੀ ਪਈ ਹੈ ਫਿਜ਼ਾ ਪਰੇ ਹੱਥ ਮੰਗ ਮੇਰੇ ਬਾਦਸ਼ਾਹ ਹੁਸੈਨ ਦੇ ਸਰ ਦੀ ਤੋਹੀਨ ਹੋਦੀ ਪਈ ਹੈ ਪਰੇ ਹੱਥ ਮੰਗ ਆਈਏ ਮਲਕਾ ਵਫਾ ਆ ਕੇ ਆਪਣੇ ਸਰਦਾਰ ਦਾ ਸਰ ਚਾਹ ਤੇ ਸੈਨ ਚੁੰਮੇ ਬੀਬੀ ਅੱਜ ਬੇਗੈਰਾ ਤਾਂ ਹਯਾ ਕਰੇ ਉਹ ਜਾਏ ਜੇ ਕੋ ਰਸੂਲ ਚੁੰਮਦਾ ਹਾ ਇਹ ਉਹ ਜਾਏ ਜੇ ਕੋ ਬਤੂਲ ਬੋਸੇ ਦਿੰਦੀ ਹੈ ਆਖਰੇ ਛਿਨਾਰ ਬਹਿਨਾਮ ਸਾਹਿਬ ਬਸ ਮੈਂ ਬਹਿਣ ਦੇ ਕਰੀ ਬਾਤ ਗਰਮੀ ਜ਼ਿਆਦਾ ਨਹੀਂ ਪੜ ਸਕਿੰਦਾ ਇਤਨਾ ਹਾਜ਼ਰੀ ਕਾਫੀ ਹੈ ਸਿਨਾਨ ਬਿਨ ਆਨਸਾ ਸਿਨਾਨ ਬਿਨ ਆਨਸਾ ਅੱਜ ਇਬਨ ਦਿਆਦ ਅਸਾ ਕੋਈ ਮਾਮੂਲੀ ਇਨਸਾਨ ਨਹੀਂ ਕੁੱਠਾ ਕਦ ਕਤਲ ਤੋਂ ਮਲਕ ਅਲ ਮੁਹੱਜਬ ਆ ਕੇ ਸੁਣ ਬੈਠੀ ਤੇ ਮੇਰੀ ਮਿਹਨਤ ਤੇ ਤਵੱਜੋ ਕਰੀ ਨਾਜ਼ ਹੋ ਸਾ ਕਦ ਕਤਲ ਤੋਂ ਮਲਕ ਅਲ ਮੁਹੱਜਬ
اسبهم ولا سردار پوچھے تو رہا کہ قتل تو خیر الناس امن و ابا میں منہ منگا انعام گنتا تیرے کہ خیال اج بیچو نہ میں سے بھار نہیں میں منہ منگا انعام گنسا ابن زیاد انعام دیتے ملون روس پہ آدھے تھوڑا انعام ہے ابن زیاد منے دے منیدا نہیں اور سرکت دے علاقے دے غیوروں دنیا برباد ہو بنیا تا بہترا قاتل انعام دی خاطر رسدا پے مقتول دا بھیڑی چپ کرتے دے دا مقتول دا بھیڑی چپ کرتے دے دا کرے دو قاتل انعام دی خاطر لڑ دے آئے مرا ابن منکر زبدی منے ابن منکر نہ دیکھنے سائنس تے پادری ابن زیاد انعام دا میں حق دار ہوں ہاں اختلاف کو چھوڑو اللہ واسطے کچھ تھی وہ مرا ابن منکر زبدی انعام دا میں حق دار ہوں جو اکبر دا قاتل مایا ہوں انہیں مادے بکواس کریں دے اصل اکبر دا قاتل مایا دو قاتل انعام دی خاطر لڑ دے پائن مقتول دی ضعیفہ ماں چپ کرتے دے دی کری بی بی دے اکبر آمدی اپنی قسمت میرا سونا لال میری اپنی قسمت بس سنیا ہے تارے مضمون جڑا تے میں نواں مضمون سنے گا بے وقوف ہے 1400 سال دی کہانی اے معجزہ ذکر آل محمد دا اے جملے شراب ہی بچک بلا دے بلا دے جملے شراب دے نشے تو فارغ تھی دے نا آدھے آج پشیاں نے حیدر قرار تو ہویا نا میرے دربار ہے وہ اپنے پینے دی حالت دیکھے آؤں دا دل جلیا میرا دل ٹھرے ہاں کہیں اکے کیوں رہ گے ایک اکے جو تری قائدے چے ابو عبیدہ دلال سمجھ جو میں کیا پڑھنا چاہتا مختار سکتی مختار کو دربار چا بلا اندھا دل جلسی تیرا دل چھتی اللہ واسطے کوئی دی گرمی نہیں تو دیکھی میرے طرح تامور دے بدترین قائد خانے حضرت مختار قائد حد تھے چھت کریا پیر آئے چھ بینیا پوینے گل چھتا ہو کسی دادا مختاری ابن زیاد دربار دے نیرے آمن لگی یا فضہ دی کر دے پیچھو کوک نکل آواز اممہ فضہ دعا مگ میں مر ونا اممہ دعا مگ میں اجری مر ونا اما دیکھ تو صحیح میرا ویر مختار آدھا پیتے میرے سر سے چادر ہی اما میرے ہاتھ ہی رجے ہوئے ختم مختار ابن زیاد کے سامنے ڈٹ کے کھڑے ابن زیاد ایک سپاہی دیکھ جا دے مختار تے امیر تے سلام کیوں نہیں بلایا فرمین دن بکواس نہ کر مالی امیر سوال حسین میرا امیر صرف حسین ہے پہلا جو ہے ذاکر دی حیات اجلاس کرے پہلے پہلے یہ جملہ ابن زیاد دربار حضرت مسلم بن عقیل آکھا نو ذل حج جلا گرفتار کرتے گھننا ہے نا نو ذل حج کو میں سب کہتی ہوں کلا ابن زیاد سپاہی آکھا مسلم تے امیر تے سلام کیوں نہیں بلایا آخر بکواس نہ کر مالی امیر سوال حسین میرا امیر صرف حسین ہے جن آخر نا میرا امیر صرف حسین ہے بکیا بھی تو زہرا دی کوہ کہی اور آواز ہے شاباش مسلم شاباش میرا بیٹا مسلم مسلم میں تیرے نال زہرا وعدہ بھی کرنی ہاں اگر تائیں آج دشمن دے دربار چ میرے پتر حسین کو امیر سجے زہرا دا تیرے نال وعدہ ہے قیامت تک تو امیر مسلم سدی سے میرا پتر حسین غریب سدی سی ابن زیاد آکھے تے سپاہی آدھے مختار امیر تو سلام تو نہیں بلایا ختم کرا آدھے میرا امیر صرف حسین ہے ابن زیاد آدھے میری خوشی دا دیئے میں تو کچھ مانگ فرمین جنتا ہے بکھے تو کیا مانگا آدھے ذات توحید دا واسطے کچھ مانگ میں بالکل ختم پہ کرنا جنہیں مجبور تھے جوانی مانے کیا مانگے اس میری کہے چھوڑ دے میں کو بھین ملا ادھے نا آج لیندہ ہائیں تا میں سنے اکبر دا بابا مدینے کو چھوڑ تے مکہ آیا ہوئے مختار پہ پتہ نہیں دنیا کیا ہو گیا میں ہی میں مکہ بن رہا حسین دی زیارت کر کے والا تھا کہ ملونہ دے ہر برو مکہ بن رہی یا حسین کو مل رہے ادھے مکہ اگے گیا واتی بے سا ہون مقصد حسین دی زیارت زیادہ جی حسین کو ملنا چاہنی تا تیرا پیر حسین اس وقت میرے دربار اچ موجود ہے خجرے کتاب اندھے حوالے پوچھ دیئے اور یاد القدر سے جی جملے نہ ہوئے تا مزاق نہیں چھوڑے تھا تیرا پیر حسین میرے دربار اچ موجود ہے جنہیں اکنا تیرا پیر حسین میرے دربار اچ موجود ہے مختار نے ہک کے کرسی دی دیکھنا شروع کی دیدہ ہے آدھے مذاق نہ کر میرا مولا ہویا نال کرسی تے اکبر ہویا ہے میں نے
ਨਾਲ ਅਬਾਸ ਹੋਵੇ ਆਵਾ ਤੇ ਅਕਬਰ ਹੀ ਨਾਲ ਹੈ ਅਬਾਸ ਹੀ ਨਾਲ ਹੈ ਅਜੇ ਮੇਰੇ ਕੋ ਨਹੀਂ ਨਜ਼ਰਦਾ ਨਾ ਮਜ਼ਾਕ ਕਰ ਬਸ ਆਰਡਰ ਦਿੱਤੇ ਇੱਕ ਸਿਪਾਹੀ ਕੋ ਫੇਰ ਤਖਤ ਦੀ ਤਲਵੀ ਪੌੜੀ ਤੇ ਜਿਹੜਾ ਥਾਲ ਹੈ ਜਿਹਦੇ ਤੇ ਰੇਸ਼ਮੀ ਰੁਮਾਲ ਹੈ ਥਾਲ ਮੁਖਤਾਰ ਦੇ ਅੱਗੋਂ ਮੰਜ ਰੱਖੋ ਜਵਾਨੀ ਮਾਨੇ ਮਿਤਲਬ ਦੇਖ ਰਵਾਨੀ ਮੈਂ ਹੁੰਦਾ ਮਿਤਲਬ ਦੇਖ ਥਾਲ ਮੁਖਤਾਰ ਦੇ ਕੋ ਰੱਖਿਆ ਗਏ ਜ਼ਮੀਨ ਤੇ ਮੁਖਤਾਰੀ ਮੇ ਬੈਠੇ ਜਿਵੇਂ ਨਮਾਜ਼ੀ ਤਸ਼ਹੁਦਿਤ ਵਾਂਦੇ ਰੁਮਾਲ ਹਟਾਇਆ ਇਸ ਵਿੱਚੋਂ ਸਰ ਜ਼ਾਇਰ ਪਿਆ ਦੇ ਹਸਬੀ ਅੱਲਾ ਨਾ ਕਰੇ ਮੈਂ ਭੁੱਲ ਜਾ ਹੋਵਾਂ ਅੱਲਾ ਕਰੇ ਮੈਂ ਗਲਤੀ ਦੱਸਾਂ ਸਰ ਡਿੱਠਾ ਹੋਇਆ ਜ਼ਰੂਰ ਏ ਲੇਕਿਨ ਫੋਨ ਤੇ ਰੇਤ ਚ ਗਿਲਤਾ ਕੋਈ ਤੇਰਾ ਸਿਪਾਹੀ ਬਣੀ ਧੋਆਵੇ ਸੁਣਾਣ ਗਿਰਸਾ ਮਤ ਕਦੇ ਮੀਨ ਪੜਦੇ ਹਨ ਇੱਕ ਸਿਪਾਹੀ ਵਧੇ ਜੋ ਸਰ ਧੋਆਵਾਂ ਜਾਂ ਪਿੱਛੋਂ ਜ਼ਾਇਫਾ ਦਾਈ ਨੇ ਛਿੜਕ ਦਿੱਤੀ ਜ਼ਾਲਮਾ ਇਹਦੀ ਦਾਈ ਜੇ ਹੁੰਦੀ ਸਰ ਕੋ ਹੱਥ ਨਾ ਲਾ ਮੈਂ ਕੁੜੇ ਮੈਂ ਉਵੇਂ ਧੋਵਾਂ ਜਿਵੇਂ ਮਾਂ ਧੋਏਂਦੀ ਬਸ ਬਈ ਸਰ ਮਿਲੇ ਜਨਾਬ ਫਿਜ਼ਾ ਕੋ ਦਰਬਾਰ ਚ ਹੁਣ ਬਈ ਅਗਰ ਪੜ ਸਕਦਾ ਤਾਂ ਦੁਬਾਰ ਸੁਣੇ ਮੁਖਤਾਰ ਦੇ ਅਗੂੰ ਮੁਖਤਾਰ ਕਿਆ ਪੁੱਛੇ ਜਿਗਰ ਬਾਹਰ ਆਂਦੇ ਮੈਨੂੰ ਕੋਈ ਭੋਲ ਪੈ ਗਏ ਭਾਵੇਂ ਤਾਂ ਮੇਰੇ ਪੀਰ ਦਾ ਘਰ ਬਰਬਾਦ ਹੋ ਗਿਆ ਮੈਂ ਸਦਕੇ ਪੀਵਾ ਭਾਵੇਂ ਤਾਂ ਮੈਂ ਉਜੜ ਗਿਆ ਜਬ ਨੇ ਮੁਖਤਾਰ ਗਾਲ ਕੀਤੀ ਏ ਸ਼ਬੀਰ ਦੇ ਲਬ ਮੁਤਹਰਕ ਹੈ ਆਵਾਜ਼ ਏ ਵੀਰ ਮੁਖਤਾਰ ਯਾਰ ਮੈਂ ਕੋ ਸੁਣਾਰ ਮੈਂ ਤੇਰਾ ਪੀਰ ਹੁਸੈਨ ਮੈਂ ਕੋ ਸੁਣਾਰ ਮੈਂ ਅਕਬਰ ਦਾ ਬਾਬਾ ਹੁਸੈਨ ਹੁਣ ਪੱਥੇ ਤੇ ਤਮਾਸ਼ਾ ਆਇੰਦਾ ਤਾਂ ਮੈਂ ਜ਼ਿੰਮੇਦਾਰ ਨਹੀਂ ਜਬ ਨੇ ਮੁਖਤਾਰ ਕੋ ਯਕੀਨ ਥੇ ਮੇਰਾ ਪੀਰ ਹੁਸੈਨ ਏ ਮੁਖਤਾਰ ਨੇ ਹਿੱਕ ਸਿਪਾਹੀ ਤੂੰ ਤਲਵਾਰ ਹਮਲਾ ਕਰਨਾ ਜਾਂ ਪਿੱਛੋਂ ਕਈਆਂ ਦਾ ਛਿੜਕ ਆਵਾਜ਼ ਆਇਆ ਚਾਚਾ ਮੁਖਤਾਰ ਯਾਰ ਜੰਗ ਨਾ ਕਰ ਮਾਈ ਜੰਗ ਦਾ ਜਰਿਆ ਹੋਇਆ ਓਏ ਚਾਚਾ ਜੰਗ ਦੇ ਵਿੱਚ ਮੇਰੇ ਜਵਾਨ ਮਰੀਜ਼ ਗਏ ਕਿਉਂ ਘਬਰਾ ਕੇ ਬੈਠੇ ਰਹਿੰਦੇ ਹੋ ਮਨੇ ਮੁਖਤਾਰ ਨਹੀਂ ਮਕਸਦ ਤੂੰ ਸਾਰੇ ਕੌਮ ਜ਼ਿਆਦਾ ਰਹੋ ਤੂੰ ਮੇਰੇ ਤਰਫ ਦੇਖੇ ਬਦਲਗਾ ਤੇਰਾ ਅੱਜ ਕੱਲ ਮੈਂ ਸਾਹਿਬ ਪਰਦਾ ਮੈਂ ਤੇਰੇ ਦਿਲ ਸੇ ਤੇ ਆਖਿਆ ਜਵਾਨੀ ਮਾਰੇ ਹੱਥ ਵਿੱਚ ਮੈਂ ਤੇਰੇ ਕੋਲ ਮੰਗਦਾ ਜਿਵੇਂ
ਸੱਜਾ ਦਾ ਖੇਚਾ ਚਾ ਮੇਰੇ ਨਾਲ ਫੁੱਫੀ ਜ਼ੈਨਬ ਕਹੇ ਦੇ ਮੁਖਤਾਰਾ ਦੇ ਸੱਜਾ ਅੱਜ ਦੁਨੀਆ ਬਰਬਾਦ ਕਿਉਂ ਨਹੀਂ ਹੋ ਗਈ ਮੈਂ ਕਿਵੇਂ ਮੰਨਾ ਕੁਜਾਈ ਕੁੱਤੇ ਦਾ ਦਰਬਾਰ ਤੇ ਕੁਜਾਈ ਦੀ ਧੀ ਪਰਦੇ ਦੇ ਜਦ ਨੇ ਮੁਖਤਾਰੇ ਗਾਲ ਕੀਤੀ ਹੈ ਫਿਜ਼ਾ ਦੀ ਗੱਲ ਦੇ ਪਿੱਛੋਂ ਕੂਕ ਦੀ ਗਈ ਆਵਾਜ਼ ਆਈ ਵੀਰ ਮੁਖਤਾਰ ਕੈਦਰ ਫੇਲ ਦਾ ਸਲਾਮ مقبول مجلس اللہ تعالی شرفنا بے بلال حسین